ਪੰਜਾਬੀ ਮੈਨੂੰ ਤੁਸੀਂ ਵੇਖ ਰਹੇ ਹੋ ਸੁਣੀ ਮੈਂ ਸੱਸਕੋਟ ਨਹੀਂ ਆ ਰਹੀ ਹੈ 7 ਜੂਨ ਨੂੰ, ਜਿਸ ਦੇ ਵਿੱਚ ਨਿਸ਼ਾ ਬਾਨੋ ਜੀ ਦਾ ਇੱਕ ਅਹਿਮ ਕਿਰਦਾਰ ਹੈ। ਮੈਮ ਸਤਿ ਸ਼੍ਰੀ ਅਕਾਲ ਪਹਿਲਾਂ। ਸਤਿ ਸ਼੍ਰੀ ਅਕਾਲ ਜੀ। ਕਿਉਂਕਿ ਇਹ ਇਸ ਫਿਲਮ 'ਚ ਸਾਨੂੰ ਦੇਖਣ ਨੂੰ ਪਤਾ ਲੱਗੂਗਾ, ਜਿਵੇਂ ਸੁਣਦੇ ਹਾਂ ਔਰ ਦੇਖਦੇ ਵੀ ਹਾਂ ਸਮਾਜ ਦੇ ਵਿੱਚ, ਜਿਹੜੀਆਂ ਧੀਆਂ ਵਿਆਹ ਹੀ ਜਾਣ ਪਰ ਮਾਂ ਦਾ ਘਰ ਨਹੀਂ ਛੱਡਦੀਆਂ, ਐਸਾ ਕਿਰਦਾਰ ਆ ਤੁਹਾਡਾ ਲੱਗ ਰਿਹਾ ਇਸ ਫਿਲਮ ਦੇਖ ਕੇ, ਹੈ ਨਾ? ਬਿਲਕੁਲ ਜੀ, ਜਿੱਥੇ ਜਿੱਥੇ ਮਾਂ ਉੱਥੇ ਉੱਥੇ ਧੀ। ਬਟ ਇਹ ਕਿਰਦਾਰ ਇਹ ਡਿਫਰੈਂਟ ਹੈ, ਇਹ ਮਤਲਬ ਜ਼ਿਆਦਾਤਰ ਇਹ ਹੁੰਦਾ ਆ ਕਿ ਉਹ ਇੱਕ ਧੀ ਟਿਕਦੀ ਨਹੀਂ, ਉਹਨੂੰ ਹੁੰਦਾ ਕਿ ਮੇਰੀ ਮਾਂ ਦੇ ਘਰ ਚੱਲਦਾ ਵੀ ਪਿਆ ਵਾ, ਉਹ ਨਵੀਂ ਨੂੰਹ ਆਈ ਆ ਉਹ ਕੀ ਕਰਦੀ, ਉਹ ਸਾਰਾ ਉਸ ਤਰ੍ਹਾਂ ਦਾ ਕਿਰਦਾਰ ਆ, ਹੈ ਨਾ? ਬਿਲਕੁਲ, ਇਹ ਦੇਖੋ ਰਿਐਲਿਟੀ ਆ, ਜਿਹੜਾ ਇਹ ਕਰੈਕਟਰ ਇਹ ਹੈਗਾ, ਇਹ ਹੁੰਦੇ ਨੇ। ਮਤਲਬ ਇਹ ਆ ਵੀ ਆਪਾਂ ਇਹ ਨਹੀਂ ਕਹਿ ਸਕਦੇ ਵੀ ਹਰ ਘਰ ਦੇ ਵਿੱਚ ਆ, ਪਰ ਸਮ ਟਾਈਮ ਕਿਤੇ ਨਾ ਕਿਤੇ ਇਹ ਕਰੈਕਟਰ ਹੈਗੇ ਆ, ਜਿਹਨੂੰ ਮਤਲਬ ਆਪਦਾ ਘਰ ਬਸਾਉਣ ਨਾਲੋਂ ਨਾ ਆਪਦੀ ਮਾਂ ਦੇ ਘਰ ਦੇ ਵਿੱਚ ਜ਼ਿਆਦਾ ਇੰਟਰਸਟ ਹੁੰਦਾ, ਆਪਦੇ ਭਰਾ ਦੀ ਲਾਈਫ ਦੇ ਵਿੱਚ ਜ਼ਿਆਦਾ ਇੰਟਰਸਟ ਹੁੰਦਾ ਵੀ ਮੇਰੀ ਭਾਬੀ ਨੂੰ ਕੀ ਹੱਕ ਮਿਲ ਰਹੇ ਨੇ, ਹੈ ਨਾ? ਖੁਦ ਨੂੰ ਉਹਨੂੰ ਇਹ ਚਾਹੀਦਾ ਹੋਊਗਾ ਕਿ ਮੇਰੇ ਘਰ ਦੇ ਵਿੱਚ ਮੇਰੀ ਸੱਸ ਮੇਰੀ ਪੂਰਾ ਮਤਲਬ ਮੰਨੇ ਸਾਰੀਆਂ ਚੀਜ਼ਾਂ, ਪਰ ਆਪਦੀ ਮਾਂ ਨੂੰ ਉਹਨੇ ਸ਼ਿਕਸ਼ਾ ਇਹ ਦੇਣੀ ਹੈ ਵੀ ਆਪਦੀ ਨੂੰਹ ਨੂੰ ਥੱਲੇ ਲਾ ਕੇ ਰੱਖਣਾ, ਉਹ ਕਰੈਕਟਰ ਹੁੰਦੇ ਆ। ਉਹੀ ਹੈ ਨਾ, ਤੁਹਾਡਾ ਜਿਵੇਂ ਕਰਾ ਕਿ ਮਾਂ ਨੂੰ ਕਿਹਾ ਮੈਨੂੰ ਐਲਰਟ ਕਰਾ ਦੇ, ਮੈਨੂੰ ਐਲਰਟ ਨਹੀਂ ਕਰਾਈ, ਆਪਦੀ ਸੱਸ ਨਾਲ ਲੜ ਕੇ ਆ ਗਈ। ਬਿਲਕੁਲ, ਹੈ ਨਾ? ਸੋ ਪਰ ਇਸ ਫਿਲਮ ਦੇ ਵਿੱਚ ਸਾਨੂੰ ਜਿੱਦਾਂ ਰਿਸ਼ਤਿਆਂ ਦੀ ਗੱਲ ਹੋਏਗੀ ਕਿ ਸੱਸ ਦੀ ਨੂੰਹ ਦੀ ਤਾਂ ਆਪਾਂ ਸੁਣਦੇ ਹਾਂ, ਪਰ ਇਸ ਵਾਰੀ ਮਾਂ ਦੀ ਧੀ ਦੀ ਵੀ ਗੱਲ ਹੋਏਗੀ, ਉਹਦੀ ਆਪਣੀ ਵੀ ਤਾਂ ਕੁੜੀ ਹੈਗੀ ਹੈ ਨਾ, ਜਿਹਦੇ ਬਾਰੇ ਉਹ ਜ਼ਿਆਦਾ ਸੋਚ ਰਹੀ ਹੈ, ਜਦੋਂ ਕਿਸੇ ਦੀ ਕੁੜੀ ਆਉਂਦੀ ਆ ਉਸ ਬਾਰੇ ਉਹ ਇਸ ਤਰੀਕੇ ਨਾਲ ਸੋਚ ਰਹੀ ਹੈ, ਸ਼ਾਇਦ ਮੈਨੂੰ ਲੱਗਦਾ ਉਹ ਵੈਸਾ ਮੈਸੇਜ ਵੀ ਹੋਏਗਾ। ਬਿਲਕੁਲ, ਦੇਖੋ ਇਹ ਇੱਕ ਨਾ ਮਤਲਬ ਜਿਵੇਂ ਆਪਾਂ ਕਹਿ ਦਈਏ ਕਿਤੇ ਨਾ ਕਿਤੇ ਰਿਐਲਿਟੀ ਨਾਲ ਵੀ ਜੁੜੀ ਹੋਈ ਚੀਜ਼ ਆ ਕਿ ਮਾਂ ਨੂੰ ਲੱਗਦਾ ਹੁੰਦਾ ਨਾ ਮੇਰੀ ਧੀ ਨੂੰ ਤਾਂ ਕੋਈ ਕਮੀ ਰਵੇ ਨਾ ਸਹੁਰਿਆਂ ਦੇ ਵਿੱਚੋਂ, ਤਾਂ ਇਹਦੇ ਵਿੱਚ ਇਹ ਹੁੰਦਾ ਵੀ ਉਹ ਉੱਥੇ ਪ੍ਰੋਬਲਮ ਆਉਂਦੀਆਂ ਜਦੋਂ ਮਾਂ ਦੀ ਸ਼ੈਅ ਹੁੰਦੀ ਆ ਧੀ ਨੂੰ। ਈਵਨ ਜੇ ਮਾਂ ਉਹਨੂੰ ਸਹੀ ਤਰੀਕੇ ਨਾਲ ਗਾਈਡ ਕਰੇ ਨਾ ਕਿ ਨਹੀਂ ਪੁੱਤ ਤੂੰ ਰਹਿਣਾ ਉਹੀ ਤੇਰਾ ਘਰ ਆ, ਵੀ ਮੇਰੇ ਵੱਲੋਂ ਤੈਨੂੰ ਕੋਈ ਸਪੋਰਟ ਨਹੀਂ ਆ, ਮੈਨੂੰ ਨਹੀਂ ਲੱਗਦਾ ਕੋਈ ਧੀ ਕੁਛ ਕਰੂਗੀ, ਜੇ ਕੋਈ ਧੀ ਕੋਈ ਖਰਾਬੀ ਕਰਦੀ ਆ ਉਹਦੇ ਸਹੁਰੇ ਕਿਤੇ ਨਾ ਕਿਤੇ ਉਹਦੀ ਮਾਂ ਦੀ ਸ਼ੈਅ ਹੁੰਦੀ ਆ, ਤਾਂ ਮੇਰਾ ਕਰੈਕਟਰ ਵੀ ਉੱਦਾਂ ਹੀ ਆ ਕਿ ਮੈਨੂੰ ਬਹੁਤ ਸ਼ੈਅ ਆ ਮੇਰੀ ਮਾਂ ਦੀ, ਤਾਂ ਉਹ ਤਾਂ ਹੀ ਉਹ ਕਹਿ ਦਿੰਦੀ ਆ ਵੀ ਜਾਓ ਮੈਂ ਨਹੀਂ ਜਾਣਾ ਹੈਗਾ। ਅਸਲ 'ਚ ਮਾਂ ਦੀ ਸ਼ਾਇਦ ਤਾਂ ਨਹੀਂ, ਅਸਲ 'ਚ ਮਾਂ ਦਾ ਜਿਹੜਾ ਜੋ ਤੁਹਾਡੇ ਅਸਲ ਰਿਸ਼ਨ ਦੀ ਗੱਲ ਕਰਦੇ ਉਹਨਾਂ ਦਾ ਕਿਵੇਂ ਦੇ ਤੁਹਾਡੇ ਸੰਸਕਾਰ ਰਹਿੰਦੇ ਨੇ? ਅਸਲ ਦੇ ਵਿੱਚ ਮੇਰੀ ਮਾਂ ਦੇ ਸੰਸਕਾਰ ਇਹੀ ਨੇ ਕਿ ਉਹਨੇ ਮੈਨੂੰ ਹਮੇਸ਼ਾ ਹੀ ਸਮਝਾਇਆ ਕਿ ਨਿਮ ਕੇ ਰਹਿਣਾ ਆਪਾਂ, ਜੇ ਸਾਹਮਣੇ ਵਾਲਾ ਤੁਹਾਡਾ ਕੁਛ ਮਾੜਾ ਵੀ ਕਰਦੇ ਤਾਂ ਵੀ ਤੁਸੀਂ ਚੰਗਾ ਕਰਨਾ, ਇੱਕ ਦਿਨ ਤੁਹਾਡੀਆਂ ਚੰਗਾਈਆਂ ਦੇਖ ਦੇਖ ਕੇ ਉਹਦੀ ਬੁਰਾਈ ਮਰ ਜਾਣੀ ਆ। ਅਸੀਂ ਥੋੜ੍ਹੀ ਹੋਰ ਗੱਲ ਕਰਾਂਗੇ, ਮੈਂ ਅੱਗੇ ਸਿਰਫ ਇਹ ਕਹੂੰਗਾ ਕਿ ਮੈਮ ਕੰਗਰੈਚੁਲੇਸ਼ਨ ਕਿ ਤੁਸੀਂ ਚਮਕੀਲਾ ਫਿਲਮ ਜਿਹੜੀ ਕੀਤੀ ਆ ਉਸਦੇ ਵਿੱਚ ਤੁਹਾਡਾ ਕਿਰਦਾਰ ਬਹੁਤ ਸੋਹਣਾ ਔਰ ਪੂਰਾ ਜਚਿਆ। ਮਤਲਬ ਜਦੋਂ ਅਸੀਂ ਦੇਖਦੇ ਕਿਸੇ ਨਾ ਨੌ ਸੌ ਯਾਰ ਪੰਜਾਬ 'ਚੋਂ ਕਿਹੜੇ ਕਿਰਦਾਰ ਲੈਣਗੇ, ਜਦੋਂ ਟ੍ਰੇਲਰ ਆਇਆ ਜਾਂ ਪਹਿਲੇ ਲੁੱਕ ਆਈ, ਮੈਂ ਕਿਹਾ ਇਹ ਕਿਰਦਾਰ ਪੂਰਾ ਫਿੱਟ ਬੈਠ ਰਿਹਾ ਔਰ ਤੁਹਾਡੇ ਲਈ ਉਹ ਲਿਖਿਆ ਗਿਆ ਸੀ। ਜੀ ਥੈਂਕ ਯੂ ਸੋ ਮੱਚ, ਮੈਨੂੰ ਸਾਰੇ ਲੋਕਾਂ ਨੇ ਇਹੀ ਗੱਲ ਕਹੀ ਆ, ਹੈ ਨਾ? ਸਾਰਿਆਂ ਨੇ ਮੈਨੂੰ ਇਹੀ ਕਿਹਾ ਕਿ ਪਰਫੈਕਟ ਤੁਸੀਂ ਕਰੈਕਟਰ ਹੈ ਜਿਹੜਾ ਕੀਤਾ, ਹੈ ਨਾ? ਅਤੇ ਮੇਰੇ ਲਈ ਉਹ ਚੈਲੇਂਜ ਵਾਲੀ ਗੱਲ ਸੀ, ਪਰ ਮੈਂ ਲੱਕੀ ਹਾਂ ਕਿ ਮੇਰੀ ਕਿਸਮਤ ਦੇ ਵਿੱਚ ਚਮਕੀਲਾ ਵਰਗੀ ਫਿਲਮ ਆਈ ਅਤੇ ਲੋਕਾਂ ਨੇ ਇੰਨਾ ਜ਼ਿਆਦਾ ਲਾਈਕ ਕੀਤਾ। ਕਹਿੰਦੇ ਨਾ ਰੱਬ ਨੇ ਕਿਸੇ ਨਾ ਕਿਸੇ ਨੂੰ ਟੈਲੈਂਟ ਦਿੱਤਾ ਹੁੰਦਾ, ਰੀਜ਼ਨ ਕਰਕੇ ਦਿੱਤਾ ਹੁੰਦਾ। ਤੁਹਾਡੇ ਜਿਹੜੀ ਆਵਾਜ਼ ਔਰਥੋਡਕਸ ਸਟਾਈਲ ਵਾਲੀ ਉਹ 90 ਵਾਲੀ, ਅੱਜ ਥੋੜ੍ਹੀ ਜਿਹੀ ਵੈਸਟਰਨ ਹੋ ਗਈ ਬਟ ਉਹ ਕਿਤੇ ਨਾ ਕਿਤੇ ਕੰਮ ਆ ਗਈ। ਬਿਲਕੁਲ ਬਿਲਕੁਲ, ਹੈ ਨਾ ਜੀ? ਸੋ ਮੈਮ ਆਲ ਦਾ ਬੈਸਟ ਨੀ ਮੈਂ ਸੱਸਕੋਟ ਨਹੀਂ ਲਈ, ਔਰ ਇੱਕ ਵਾਰੀ ਆਖਰੀ ਆਡੀਅੰਸ ਨੂੰ ਕਹਿ ਦਿਓ ਕਿ ਇਹ ਫਿਲਮ ਜਿਹੜੀ 7 ਜੂਨ ਨੂੰ ਆ ਰਹੀ ਔਰ ਕੀ ਲੈ ਕੇ ਆਏਗੀ ਫਿਲਮ। ਬਿਲਕੁਲ, ਦੇਖੋ ਫਿਲਮ ਦੇ ਵਿੱਚ ਫੁੱਲ ਪੈਕੇਜ ਹੈ, ਤੁਹਾਨੂੰ ਡਰਾਮਾ ਮਿਲੂਗਾ, ਕਮੇਡੀ ਮਿਲੂ ਅਤੇ ਨਵੀਂ ਜਿਹੜੀ ਚੀਜ਼ ਐਡ ਹੋਈ ਆ ਹੋਰਰ, ਹੈ ਨਾ? ਉਹ ਸਾਰਾ ਕੁਛ ਮਸਾਲਾ ਮਿਕਸ ਫਿਲਮ ਆ, ਅਤੇ ਜਿਵੇਂ ਤੁਸੀਂ ਸਾਰਿਆਂ ਨੇ ਵੰਨ ਤਾਂ ਦੇਖ ਹੀ ਲਈ ਅਤੇ ਕੋਈ ਰਿਸਕ ਵਾਲੀ ਗੱਲ ਨਹੀਂ ਆ, ਅਤੇ ਸਾਰੇ ਜਾਣੇ ਜ਼ਰੂਰ ਦੇਖ ਕੇ ਆਇਓ। ਥੈਂਕ ਯੂ ਸੋ ਮੱਚ। ਥੈਂਕ ਯੂ ਮੈਮ। ਅਤੇ ਪੰਜਾਬੀ ਸਿਨੇਮਾ ਦੀਆਂ ਹੋਰ ਤਾਜ਼ਾ ਅਪਡੇਟਸ ਦੇ ਲਈ ਜੁੜੇ ਰਹੋ ਸਾਡੀ ਵੈਬਸਾਈਟ www.punjabimania.com, ਨਾਲੇ ਨਵੀਆਂ ਵੀਡੀਓਜ਼ ਦੇਖਣ ਦੇ ਲਈ ਹਿੱਟ ਕਰੋ ਸਬਸਕ੍ਰਾਈਬ ਬਟਨ। ਰੱਬ ਰਾਖਾ।